ਸਾਡੇ ਪੰਜਾਬ ਦੀ ਵੀ ਪਰੰਪਰਾ ਵੀ ਹੈ ਕਿ ਜਦੋਂ ਸਾਡੇ ਵਿਹੜੇ ਕੋਈ ਪਰੌਣਾ ਆਉਂਦਾ ਹੈ ਅਸੀਂ ਉਹਦਾ ਸਨਮਾਨ ਕਰਦੇ ਹਾਂ ਉਹਨੂੰ ਇੱਜ਼ਤ ਬਖਸ਼ਦੇ ਹਾਂ ਜਿੱਥੇ ਵੀ ਰੂਹਾਨੀਅਤ ਦਾ ਸਮਾਂ ਹੁੰਦਾ ਹੈ ਤਾਂ ਉੱਥੇ ਤਾਂ ਬੰਦਾ ਆਪਣੇ ਆਪ ਨੂੰ ਭਾਗਾਂ ਵਾਲਾ ਮਹਿਸੂਸ ਕਰਦਾ ਹੀ ਹੈ ਇਹ ਤਸਵੀਰਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੀਆਂ ਨੇ ਹੁਣ ਤੁਸੀਂ ਸੋਚਦੇ ਹੋਵੋਗੇ ਕਿ ਭਲਾ ਮੁਸਲਮਾਨ ਭਾਈਚਾਰੇ ਦੇ ਲੋਕ ਦਰਬਾਰ ਸਾਹਿਬ ਕੀ ਕਰਨ ਆਏ ਨੇ ਕਿਉਂਕਿ ਗੁਰੂ ਸਾਹਿਬ ਨੇ ਇਸ ਦਰਬਾਰ ਸਾਹਿਬ ਦੀ ਨੀਂਹ ਸੂਫੀ ਸੰਤ ਮੀਆਂ ਮੀਰ ਤੋਂ ਰਖਵਾ ਕੇ ਅਤੇ ਚਾਰ ਦਰਵਾਜ਼ੇ ਬਣਾ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਸਭ ਧਰਮਾਂ ਲਈ ਖੋਲ੍ਹ ਦਿੱਤਾ ਸੀ ਅਤੇ ਮੁਸਲਮਾਨਾਂ ਦੀ ਖਾਸ ਸਾਂਝ ਇਸ ਅਸਥਾਨ ਨਾਲ ਸਦੀਆਂ ਸਦੀਆਂ ਲਈ ਪੁਆ ਦਿੱਤੀ ਸੀ ਜਿਸ ਦੇ ਚੱਲਦਿਆਂ ਮੁਸਲਮਾਨ ਭਾਈਚਾਰੇ ਦੇ ਲੋਕ ਸਿਫਤੀ ਦੇ ਘਰ ਆਪਣੇ ਆਪ ਖਿੱਚੇ ਆਉਂਦੇ ਨੇ ਅਤੇ ਲੋਕ ਵੀ ਖਾਸ ਕਰਕੇ ਮਲੇਰਕੋਟਲਾ ਅਤੇ ਦਿੱਲੀ ਤੋਂ ਇੱਕ ਵਫਦ ਦੀ ਸ਼ਕਲ 'ਚ ਦਰਬਾਰ ਸਾਹਿਬ ਦਰਸ਼ਨ ਦੀਦਾਰੇ ਕਰਨ ਪਹੁੰਚੇ ਸਨ ਜਿਸ ਤੋਂ ਬਾਅਦ SGPC ਵੱਲੋਂ ਇਸ ਵਫਦ ਦਾ ਖਾਸ ਸਨਮਾਨ ਵੀ ਕੀਤਾ ਗਿਆ ਅਤੇ ਮੁਸਲਮਾਨ ਭਾਈਚਾਰੇ ਦੇ ਲੋਕ ਦਰਬਾਰ ਸਾਹਿਬ ਕੀ ਕਰਨ ਆਏ ਸੀ ਇਹ ਸੁਣੋ ਉਹਨਾਂ ਦੀ ਜ਼ੁਬਾਨੀ ਮੇਰਾ ਨਾਂ ਅਬਦੁਲ ਸ਼ਕੂਰ ਹੈ ਪ੍ਰਧਾਨ ਜਮਾਤ ਇਸਲਾਮੀ ਹਿੰਦ ਸਰਕਲ ਪੰਜਾਬ ਅਤੇ ਸਾਡੇ ਅੱਜ ਕੁਛ ਕੌਮੀ ਆਗੂ ਜਮਾਤ ਇਸਲਾਮੀ ਦੇ ਪੰਜਾਬ ਦੇ ਦੌਰੇ 'ਤੇ ਸੀ ਅਤੇ ਪੰਜਾਬ ਦੇ ਦੌਰੇ 'ਤੇ ਅੱਛਾ ਸਮਝਿਆ ਕਿਉਂਕਿ ਸਾਡੀ ਇੱਕ ਵੱਡੀ ਧਾਰਮਿਕ ਜਗ੍ਹਾ ਹੈ ਅਤੇ ਇਸ ਦੌਰੇ ਦੇ ਦੌਰਾਨ ਕਿ ਇਹਦੇ ਦਰਸ਼ਨ ਹੋ ਜਾਣ ਤਾਂ ਸਿਰਫ ਅੱਜ ਇਹਦੇ ਦਰਸ਼ਨਾਂ ਦੇ ਲਈ ਹੀ ਇੱਥੇ ਹਾਜ਼ਰ ਹੋਏ ਸੀ ਦੇਖੋ ਇਸ ਤਰ੍ਹਾਂ ਹੈ ਜਿੱਥੇ ਵੀ ਰੂਹਾਨੀਅਤ ਦਾ ਸਮਾਂ ਹੁੰਦਾ ਹੈ ਤਾਂ ਉੱਥੇ ਤਾਂ ਬੰਦਾ ਆਪਣੇ ਆਪ ਨੂੰ ਭਾਗਾਂ ਵਾਲਾ ਮਹਿਸੂਸ ਕਰਦਾ ਹੀ ਹੈ ਜੀ ਸਨਮਾਨਿਤ ਹੈ ਕਿ ਇੱਕ ਤਾਂ ਸਾਡੇ ਇਸ ਧਰਮ ਦੀ ਪਰੰਪਰਾ ਵੀ ਹੈ ਔਰ ਸਾਡੇ ਪੰਜਾਬ ਦੀ ਵੀ ਪਰੰਪਰਾ ਵੀ ਹੈ ਕਿ ਜਦੋਂ ਸਾਡੇ ਵਿਹੜੇ ਕੋਈ ਪਰਾਹੁਣਾ ਆਉਂਦਾ ਹੈ ਅਸੀਂ ਉਹਦਾ ਸਨਮਾਨ ਕਰਦੇ ਹਾਂ ਉਹਨੂੰ ਇੱਜ਼ਤ ਬਖਸ਼ਦੇ ਹਾਂ ਭਾਈਚਾਰਾ ਬਣਾ ਕੇ ਰੱਖਣਾ ਹਿੰਦੂ ਸਿੱਖ ਮੁਸਲਿਮ ਦਾ ਭਾਈਚਾਰਾ ਬਣਾ ਕੇ ਏਕਤਾ ਬਾਰੇ ਉਹਦੇ ਬਾਰੇ ਇੱਕ ਮੈਸੇਜ ਦੇ ਇਸ ਸਿਲਸਿਲੇ 'ਚ ਇਹ ਹੈ ਕਿ ਸਾਡੇ ਮੁਲਕ ਨੂੰ ਜਿਹੜੇ ਇਸ ਵਕਤ ਵੱਖ ਵੱਖ ਫਿਰਕੂਵਾਦ ਸ਼ਕਤੀਆਂ ਤੋਂ ਚੁਣੌਤੀਆਂ ਹਨ ਉਹਨਾਂ ਚੁਣੌਤੀਆਂ ਦਾ ਟਾਕਰਾ ਕਰਨ ਦੇ ਲਈ ਸਾਡਾ ਸਾਰੇ ਮੁਲਕ ਦੇ ਜਿੰਨੇ ਵੀ ਇੱਥੇ ਜਾਤਾਂ ਦੇ ਨਸਲਾਂ ਦੇ ਧਰਮਾਂ ਦੇ ਇਲਾਕਿਆਂ ਦੇ ਲੋਕ ਵੱਸਦੇ ਨੇ ਉਹਨਾਂ 'ਚ ਆਪਸੀ ਭਾਈਚਾਰਕ ਸਾਂਝ ਦਾ ਹੋਣਾ ਬਹੁਤ ਜ਼ਰੂਰੀ ਹੈ ਅਤੇ ਅੱਜ ਦਾ ਸਾਡਾ ਇਹ ਉੱਥੇ ਆਉਣਾ ਇਹ ਵੀ ਇੱਕ ਗੋਇਆ ਇਸ ਸਾਂਝ ਨੂੰ ਹੋਰ ਬੜਾਵਾ ਦੇਵੇਗਾ ਇਸ ਦੇ ਨਾਲ ਹੀ ਜਮਾਤ ਇਸਲਾਮੀ ਹਿੰਦ ਦੇ ਮੈਂਬਰਾਂ ਨੇ ਕਿਹਾ ਕਿ ਦਰਬਾਰ ਸਾਹਿਬ ਆ ਕੇ ਕਾਫੀ ਸਕੂਨ ਮਿਲਿਆ ਮੇਰਾ ਨਾਮ ਮੁਹੰਮਦ ਯੂਸਫ ਮਰੀਗਾ ਜੀ ਵਿਸ਼ਾ ਅੱਜ ਜਿਹੜੇ ਸਾਡੇ ਜਮਾਤ ਇਸਲਾਮੀ ਹਿੰਦ ਦੇ ਨੈਸ਼ਨਲ ਸਦਰ ਪ੍ਰਧਾਨ ਜਿਹੜੇ ਆਏ ਨੇ ਔਰ ਪੰਜਾਬ ਦੇ ਸਦਰ ਜਿਹੜੇ ਨੇ ਅਬਦੁਲ ਸ਼ਕੂਰ ਸਾਹਿਬ ਆਏ ਨੇ ਅਤੇ ਉਹ ਆਪਣੇ ਦੌਰੇ 'ਤੇ ਆਏ ਸੀਗੇ ਅਤੇ ਅੱਜ ਉਹ ਗੋਲਡਨ ਟੈਂਪਲ ਵੀ ਆਏ ਨੇ ਇੱਥੇ ਦੇਖਿਆ ਉਹਨਾਂ ਨੇ ਬਹੁਤ ਵਧੀਆ ਉਹਨਾਂ ਨੂੰ ਮਾਹੌਲ ਲੱਗਿਆ ਔਰ ਗੁਰੂ ਇੱਥੇ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਅਤੇ ਉਹ ਸਿੱਖਾਂ ਦੀ ਔਰ ਮੁਸਲਮਾਨਾਂ ਦੀਆਂ ਜਿਹੜੀਆਂ ਸਾਂਝਾਂ ਵੀ ਉਹਨਾਂ ਨੇ ਸੁਣ ਕੇ ਜਿਹੜੇ ਉਹ ਬਹੁਤ ਪ੍ਰਸੰਨ ਹੋਏ ਨੇ ਬਹੁਤ ਖੁਸ਼ੀ ਹੋਈ ਉਹਨਾਂ ਨੂੰ ਅਤੇ ਉਹਨਾਂ ਨੇ ਨਤਮਸਤਕ ਹੋ ਕੇ ਕਿੱਦਾਂ ਦਾ ਮਹਿਸੂਸ ਹੋਲੇ ਮਹੱਲੇ ਵਾਲੇ ਦਿਨ ਜਿਹੜਾ ਵਾ ਉਹ ਆ ਕੇ ਉਹਨਾਂ ਨੇ ਇੱਥੇ ਮਾਹੌਲ ਵੇਖਿਆ ਉਹਨਾਂ ਨੂੰ ਬਹੁਤ ਹੀ ਵਧੀਆ ਲੱਗਾ ਕਿ ਇੱਥੇ ਜਿਹੜਾ ਵਾ ਸਿੱਖ ਭਾਈਚਾਰੇ ਦਾ ਬਹੁਤ ਵੱਡਾ ਜਿਹੜਾ ਤਿਉਹਾਰ ਹੈ ਬਹੁਤ ਖੁਸ਼ੀ ਨਾਲ ਮਨਾਇਆ ਜਾ ਰਿਹਾ ਉਸ ਖੁਸ਼ੀ ਦੇ ਵਿੱਚ ਨਾਲ ਸਾਂਝੇ ਵੀ ਹੋਏ ਹਰ ਇੱਕ ਧਰਮ ਸਾਂਝੇ ਧਰਮ ਹੁੰਦੀ ਹੈ ਕੀ ਮੈਸੇਜ ਦਿਓਗੇ ਸਾਰੇ ਹੀ ਧਰਮਾਂ ਦਾ ਸਨਮਾਨ ਹੈ ਜੀ ਇਹ ਸਾਡਾ ਦੇਸ਼ ਜਿਹੜਾ ਵਾ ਪਿਆਰ ਮੁਹੱਬਤ ਦੀ ਸਾਂਝਾਂ ਨੂੰ ਹੀ ਇਹ ਸੰਦੇਸ਼ ਜਾਂਦਾ ਵਾ ਮਜ਼ਹਬ ਨਹੀਂ ਸਿਖਾਤਾ ਆਪਸ ਮੇਂ ਵੈਰ ਰੱਖਣਾ ਇਹ ਸਾਂਝਾਂ ਜਿਹੜੀਆਂ ਸਾਡੇ ਪੰਜਾਬ ਦੇ ਵਿੱਚ ਚੱਲੀਆਂ ਆ ਰਹੀਆਂ ਸ਼ੁਰੂ ਤੋਂ ਔਰ ਚੱਲਦੀਆਂ ਰਹਿਣਗੀਆਂ ਸੋ ਅਸੀਂ ਵੀ ਇਹੋ ਅਰਦਾਸ ਉਹ ਸੱਚੇ ਰੱਬ ਤੋਂ ਕਰਦੇ ਹਾਂ ਕਿ ਦਰਬਾਰ ਸਾਹਿਬ ਤੋਂ ਹਮੇਸ਼ਾ ਹੀ ਭਾਈਚਾਰਕ ਸਾਂਝ ਦਾ ਸੁਨੇਹਾ ਐਵੇਂ ਹੀ ਦੁਨੀਆ ਭਰ 'ਚ ਜਾਂਦਾ ਰਹੇ ਹਕੀਕਤ TV ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ